ਪਹਿਲਾਂ ਵੀਰੇ ਤਿੰਨ ਮੁੰਡੇ ਆਏ ਨੇ ਉਹ ਤੇ ਮੂੰਹ ਬੰਨੇ ਹੋਏ ਸੀ, ਦੋ ਦੇ ਖੁੱਲੇ ਸੀ, ਇੱਕ ਦਾ ਬੰਨਿਆ ਹੋਇਆ ਸੀ ਮੂੰਹ, ਤੇ ਉਹਨਾਂ ਨੇ ਸਿਗਰਟ ਮੰਗੀ ਸੀ ਕਿ ਨਹੀਂ ਹੈਗੀ, ਤੇ ਬਸ ਉਹ ਥੋੜੀ ਜਿਹੀ ਅੰਦਰ ਆ ਕੇ ਉਹਨਾਂ ਨੇ ਵੇਖਿਆ ਵੀ ਮਾੜਾ ਮੋਟਾ, ਜਿਵੇਂ ਦੋ ਕੁ ਇੱਕ ਸੈਕਿੰਡ ਖਲੋ ਕੇ ਵੇਖਿਆ ਵੀ ਕੋਈ ਹੈਗਾ ਅੰਦਰ ਜਾਂ ਨਹੀਂ ਹੈਗਾ, ਤੇ ਮੈਂ ਉੱਧਰ ਮੇਰੇ ਬੈਠੇ ਸੀਗੀ, ਮੈਂ ਉੱਧਰ ਨੂੰ ਝਾੜੂ ਲਗਾਉਂਦੀ ਵੀ ਸੀ ਅੰਦਰ ਵੱਲ ਨੂੰ, ਤੇ ਬਸ ਉਹਨਾਂ ਨੇ ਆ ਕੇ ਇਹਨਾਂ ਵੱਲ ਆਪਣੀ ਗੱਲ ਦਿਖਾਈ ਹੈ, ਤੇ ਉਹਨਾਂ ਨੇ ਗੱਲੇ 'ਚ ਸਾਰੇ ਪੈਸੇ ਕੱਢ ਲਏ, ਫਿਰ ਦੂਜਾ ਮੁੰਡਾ ਗਿਆ ਫਟਾਫਟ ਕਾਪਾ ਲੈ ਆਇਆ, ਉਹਨਾਂ ਨੇ ਇਹਨਾਂ ਦੀ ਸਾਰੀ ਪੋਕਿਟ ਫਰੋਲੀ ਹੈ, ਜਿੰਨੇ ਪੈਸੇ ਸਾਰੇ ਪੈਸੇ ਲੈ ਗਏ, 25-30 ਹਜ਼ਾਰ ਰੁਪਇਆ ਵੀ ਸੀਗਾ ਲੈ ਗਏ, ਜਿਹੜੇ 25-30 ਹਜ਼ਾਰ ਰੁਪਇਆ ਲੈ ਗਏ ਗੱਲੇ 'ਚ ਕੱਢ ਕੇ, ਅਤੇ ਨਾਲ ਮੇਰੀ ਵੀ ਪੋਕਿਟ ਫਰੋਲੀ ਹੈ, ਮੇਰੇ ਕੋਲ ਵੀ ਜੋ ਸੀ 400-500 ਰੁਪਇਆ ਮੇਰੀ ਪੋਕਿਟ 'ਚ ਸੀਗਾ ਉਹ ਵੀ ਲੈ ਗਏ ਉਹ, ਅਤੇ ਮੇਰੇ 'ਤੇ ਵੀ ਸਿਰ 'ਤੇ ਗੰਨ ਰੱਖੀ ਹੈ ਅਤੇ ਮੇਰੇ ਹਸਬੈਂਡ 'ਤੇ ਵੀ ਰੱਖੀ ਹੈ। ਟਾਈਮ 11:45 ਦਾ ਸੀ। ਮੰਗ ਸਾਨੂੰ ਇਨਸਾਫ ਚਾਹੀਦਾ, ਇੱਦਾਂ ਦਾ ਕੋਈ ਵੀ, ਅਸੀਂ ਰੋਜ਼ੀ ਰੋਟੀ ਕਮਾਉਣ ਬੈਠੇ ਹਾਂ, ਜੇ ਬੰਦਾ ਰੋਜ਼ੀ ਰੋਟੀ ਕਮਾ ਨਹੀਂ ਪਾਏਗਾ ਤਾਂ ਕਿੱਦਾਂ ਦੁਕਾਨ ਚਲਾਏਗਾ ਆਪਦੀ, ਕਿੱਦਾਂ ਕੋਈ ਕੰਮ ਕਰੂਗਾ, ਜੇ ਇਹੀ ਡਰ ਦਿਲ 'ਚ ਬਹਿ ਗਿਆ ਕਿ ਹਾਂ ਕੋਈ ਵੀ ਕਦੋਂ ਵੀ ਆ ਸਕਦਾ ਤੇ ਕੰਮ ਕਿੱਦਾਂ ਕਰੂਗਾ, ਕਿਵੇਂ ਖਾਊਗਾ ਰੋਟੀ। ਬੰਦੇ ਨਹੀਂ ਪਤਾ ਲੱਗਾ ਕੌਣ ਹੈ, ਵੇਖਣ 'ਚ ਨਸ਼ੇੜੀ ਨਹੀਂ ਲੱਗਦੇ ਪਏ ਸੀਗੇ। ਪਰ ਰਾਤੀ ਅੱਜ ਕੱਲ੍ਹ ਦੁਕਾਨਾਂ ਦਾ ਰਾਤ ਜਿਵੇਂ ਮੰਨ ਲਓ ਸ਼ਰੇਆਮ ਗੁੰਡਾ ਕਰਦੀ, ਸ਼ਰੇਆਮ ਮੰਨ ਲਓ ਰਿਵਾਲਵਰ ਦਿਖਾ ਕੇ ਇਹਨਾਂ ਦੇ ਰੱਖ ਕੇ ਇਹਨਾਂ ਨੂੰ ਧਮਕਾ ਕੇ ਇਹਨਾਂ ਦਾ ਸਾਰਾ ਜਿਵੇਂ ਗੱਲੇ 'ਚੋਂ ਵੀ ਪੈਸੇ ਸਾਰਾ ਜਿਵੇਂ ਇਹਨਾਂ ਦੀਆਂ ਜੇਬਾਂ 'ਚੋਂ ਵੀ ਪੈਸੇ ਸਾਰੇ ਕੱਢ ਕੇ ਲੈ ਗਏ। ਗਰੀਬ ਬੰਦਾ ਤਾਂ ਰੋਟੀ ਕੱਲ੍ਹ ਨੂੰ ਖਾ ਹੀ ਨਹੀਂ ਸਕਦਾ। ਮੰਨ ਲਓ ਜੇ ਮੰਨ ਲਓ ਕੋਈ ਰੇਹੜੀ ਵਾਲਾ ਜਾਂਦਾ, ਪ੍ਰਸ਼ਾਸਨ ਦਾ ਵੀ ਮੰਨ ਲਓ ਦਿਨੋਂ ਦਿਨ ਮਾਹੌਲ ਖਰਾਬ ਹੋ ਰਿਹਾ, ਕੋਈ ਕਿਸੇ ਤਰ੍ਹਾਂ ਦਾ ਜੇ ਆਪਾਂ ਦੇਖੀਏ ਵੀ ਆਪਾਂ ਵੀ ਕੋਈ ਰਾਤ ਨੂੰ ਰੇਹੜੀ ਲੈ ਕੇ ਜਾਂਦਾ, ਕੋਈ ਗਰੀਬ ਬੰਦਾ ਜਾਂ ਰੇਹੜੀ ਵਿਚਾਰਾ ਸਾਰੀ ਦਿਹਾੜੀ ਮਿਹਨਤ ਕਰਕੇ ਜਿਹੜਾ ਕਰਦਾ ਉਹ ਉਹਦੇ ਰਾਤ ਨੂੰ ਪੈਸੇ ਖੋਏ ਜਾਂਦੇ, ਨਸ਼ੇੜੀ ਖੋਈ ਜਾਂਦੇ ਨੇ, ਦਿਨੋਂ ਦਿਨ ਨਸ਼ਾ ਵਧੀ ਜਾਂਦਾ, ਬੁਰੇ ਹਾਲ ਫਿਰੋਜ਼ਪੁਰ ਦੇ ਵਿੱਚ ਬਹੁਤ ਬੁਰਾ ਹਾਲ। ਕਿੰਨੀ ਲੁੱਟ ਹੋਈ ਹੈ ਇਹਨਾਂ ਦਾ? 30,000 ਰੁਪਏ ਦੇ ਕਰੀਬ ਉਹਨਾਂ ਨਾ ਕਿ ਪੈਸੇ ਲੈ ਗਏ ਨੇ ਰਾਤ। ਪਤਾ ਲੱਗਾ ਕਿ ਕਿੰਨੇ ਬੰਦੇ ਸੀਗੇ? ਤੇ 3 ਜਣੇ ਸੀਗੇ, ਇੱਕ ਨੇ ਪਿਸਤੌਲ ਪਹਿਲੋਂ ਪਿਸਟਲ ਰੱਖਿਆ, ਤੀਜਾ ਮੁੜ ਕੇ 2 ਜਣੇ ਅੰਦਰ ਆਏ, ਮੁੜ ਕੇ ਤੀਜਾ ਫਿਰ ਕਾਪਾ ਲੈਣ ਗਿਆ, ਕਾਪਾ ਲੈ ਕੇ ਇਹਨਾਂ ਨੂੰ ਫਿਰ ਧਮਕਾ ਕੇ, 2 ਜਣੇ ਸੀ, ਦੋਵੇਂ ਜੀ ਸੀ, ਦੋਵੇਂ ਜੀਆਂ ਕੋਲੋਂ ਇਹਨਾਂ ਨੇ ਜੋ ਵੀ ਉਹਨਾਂ ਕੋਲੋਂ ਹੋਇਆ ਉਹਨਾਂ ਨੇ ਕੋਈ ਕਮੀ ਨਹੀਂ ਆਪਦੇ ਵੱਲੋਂ ਛੱਡੀ, ਉਹਨਾਂ ਨੇ ਜੋ ਵੀ ਸਾਰਾ ਫਰੋਲਾ ਫਰੋਲੀ ਕਰਕੇ ਸਾਰੇ ਪੈਸੇ ਕੱਢ ਕੇ ਲੈ ਗਏ ਨੇ। ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਇਹਨਾਂ ਨੂੰ ਵੀ ਹਾਂ ਵੀ ਇਹਨਾਂ ਨੂੰ ਨੱਥ ਪਾਈਏ, ਨਹੀਂ ਤਾਂ ਦਿਨੋਂ ਦਿਨ ਮਾਹੌਲ ਖਰਾਬ ਹੁੰਦਾ ਤੁਰਿਆ ਜਾਏਗਾ, ਕੋਈ ਦੁਕਾਨਦਾਰਾਂ ਦਾ ਹਾਲ ਨਹੀਂ ਰਹੇਗਾ, ਕੋਈ ਲੋਕਾਂ ਦਾ ਗਰੀਬਾਂ ਬੰਦਿਆਂ ਦਾ ਕੋਈ ਦਿਨੋਂ ਦਿਨ ਬੁਰਾ ਹਾਲ ਹੁੰਦਾ ਜਾਏਗਾ। ਵੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ, ਮੈਂ ਮਾਰਕੀਟ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਕਰਦਾ ਵੀ ਹਾਂ ਵੀ ਥੋੜ੍ਹਾ ਜਿਹਾ ਜਿਵੇਂ ਇਹ ਕੰਮ ਨੂੰ ਥੋੜ੍ਹੀ ਜਿਹੀ ਨਕੇਲ ਪਾਓ, ਨਹੀਂ ਤਾਂ ਇਹ ਦਿਨੋਂ ਦਿਨ ਮਾਹੌਲ ਖਰਾਬ ਹੋ ਜਾਣਗੇ, ਲੋਕਾਂ ਦਾ ਨਿਕਲਣਾ ਬਾਹਰ ਬੰਦ ਹੋ ਜਾਏਗਾ।